ਇੰਡੀਆ ਤੋਂ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਫਿਰ ਆਲਰੇਡੀ ਕੈਨੇਡਾ ਦੇ ਵਿੱਚ ਬੈਠੇ ਹੋ, ਇੱਕ ਵੀਜ਼ਾ ਕੈਟਾਗਰੀ ਹੋਰ ਬੰਦ ਕਰ ਦਿੱਤੀ ਹੈ ਕੈਨੇਡਾ ਨੇ। ਮੈਂ ਤੁਹਾਡੇ ਨਾਲ ਵਿਦ ਪ੍ਰੂਫ ਐਵਰੀਥਿੰਗ ਸ਼ੇਅਰ ਕਰੂੰਗਾ ਇਸ ਵੀਡੀਓ ਦੇ ਵਿੱਚ। ਛੋਟੀ ਜਿਹੀ ਬੇਨਤੀ ਹੈ, ਪਹਿਲੀ ਵਾਰ ਚੈਨਲ 'ਤੇ ਆਏ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਇਹ ਨਾ ਸੋਚਿਓ ਕਿ ਅਸੀਂ ਵਿਊ ਲੈਣ ਲਈ ਕਰਦੇ ਹਾਂ, ਬਹੁਤ ਸਾਰੇ ਲੋਕਾਂ ਦੀ ਨੈਗੇਟਿਵਿਟੀ ਹੁੰਦੀ ਆ। ਹਰ ਇਨਸਾਨ ਜਾਂ ਫਿਰ ਤੁਹਾਡੇ ਹੱਥ ਦੀਆਂ ਪੰਜੇ ਉਂਗਲਾਂ ਸੇਮ ਨਹੀਂ। ਕੈਨੇਡਾ ਨੇ ਬਹੁਤ ਸਾਰੇ ਲੋਕਾਂ ਨੂੰ ਤਰੱਕੀ ਦਿੱਤੀ ਆ, ਉਹਨਾਂ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਆ, ਪਰ ਜਿਹੜੇ ਘਰ ਬੈਠੇ ਆ, ਘਰ ਬੈਠ ਕੇ ਸਿਰਫ ਓਨਲੀ ਗੱਲਾਂ ਕਰਦੇ ਆ, ਗੱਲਾਂ ਕਰਨਾ ਤਰੱਕੀ ਨਹੀਂ ਮਿਲਦੀ। ਮਿਹਨਤ ਕਰਨਾ ਤਰੱਕੀ ਜ਼ਰੂਰ ਮਿਲਦੀ ਹੈ, ਪਰ ਤੁਹਾਡੇ ਪੈਸੇ ਵੇਸਟ ਨਾ ਹੋਣ, ਤੁਹਾਡੇ ਪੈਸੇ ਕਿਸੇ ਕੋਲ ਫਸਣ ਨਾ, ਜਾਂ ਤੁਹਾਡੇ ਡਾਲਰ ਕਿਸੇ ਕੋਲ ਫਸਣ ਨਾ। ਇਸ ਲਈ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ। ਗੌਰਮੈਂਟ ਨੇ 6 ਮਹੀਨੇ ਲਈ ਲੋਅ ਵੇਜ ਓਕੋਪੇਸ਼ਨ ਆ ਮੌਂਟਰੀਅਲ ਦੇ ਵਿੱਚ ਬੰਦ ਕਰ ਦਿੱਤੀਆਂ ਹੈ। ਮਤਲਬ ਕਿ ਲੋਅ ਵੇਜ ਦੇ ਵਿੱਚ ਸਭ ਤੋਂ ਜ਼ਿਆਦਾ ਆਉਂਦੀ ਹੈ LMI, ਜਿਹੜੇ ਲੋਕ ਜਾਂ ਜਿਹੜੇ ਭੈਣ ਜਿਹੜੇ ਭਰਾ LMI ਲੈਣਾ ਚਾਹੁੰਦੇ ਮੌਂਟਰੀਅਲ ਦੇ ਵਿੱਚ, ਤਾਂ ਵੀਰੇ ਨਾ ਲਿਓ, ਕਿਉਂਕਿ ਉਹਨਾਂ ਨੇ 6 ਮਹੀਨੇ ਦੇ ਲਈ ਉੱਧਰਲਾ ਕੰਮ ਆ ਜਾਂ ਲੋਅ ਵੇਜ ਲਾਓ ਫਰੀਜ਼ ਕਰ ਦਿੱਤਾ ਹੈ, ਮਤਲਬ ਕਿ ਬੰਦ ਕਰ ਦਿੱਤਾ। ਅਤੇ ਇਸ ਦੀ ਅਨਾਊਂਸਮੈਂਟ ਵੀ 3 ਸਤੰਬਰ ਤੋਂ ਲਾਗੂ ਹੋ ਜਾਵੇਗੀ, ਮਤਲਬ ਕਿ 3 ਸਤੰਬਰ ਤੋਂ ਇਹ ਰੂਲ ਪਾਸ ਹੋ ਜਾਵੇਗਾ। ਅਤੇ ਉਸ ਤੋਂ ਬਾਅਦ ਜੋ ਵੀ ਇਸ ਦੇ ਵਿੱਚ ਜਾਵੇਗਾ LMI ਲਵੇਗਾ, ਉਸਨੂੰ ਵਰਕ ਨਹੀਂ ਮਿਲੂਗਾ, ਨਾ ਹੀ LMI ਵਗੈਰਾ ਮਿਲੂਗੀ, ਉਸਦਾ ਪੈਸਾ ਫਸੂਗਾ, ਉਸਨੂੰ LMIA ਵਰਕ ਪਰਮਿਟ ਨਹੀਂ ਮਿਲੂਗਾ। ਇਹ ਸਿੱਧਾ ਸਿੱਧਾ ਜਵਾਬ ਟਰੂਡੋ ਨੇ ਖੁਦ ਆ ਕੇ ਇੰਟਰਵਿਊ ਦੇ ਵਿੱਚ ਦਿੱਤਾ ਹੈ। ਮਤਲਬ ਕਿ ਪਹਿਲਾਂ ਜਿੰਨੀਆਂ ਸਟੇਟਮੈਂਟ ਆਉਂਦੀਆਂ ਸੀ ਉਹਨਾਂ ਦੇ ਮੰਤਰੀਆਂ ਦੁਆਰਾ ਆਉਂਦੀਆਂ ਸੀ, ਪਰ ਜੋ ਇਹ ਸਟੇਟਮੈਂਟ ਆ ਮੌਂਟਰੀਅਲ ਦੇ ਲਈ LMI ਲਈ, ਇਹ ਖੁਦ ਟਰੂਡੋ ਸਰਕਾਰ ਨੇ ਆ ਕੇ ਦਿੱਤੀ ਹੈ। ਜੇਕਰ ਤੁਸੀਂ ਚੈੱਕਆਊਟ ਕਰਨਾ ਚਾਹੁੰਦੇ ਹੋ ਤਾਂ ਸਿੱਧਾ ਕੈਨੇਡਾ ਦੀ ਵੈਬਸਾਈਟ 'ਤੇ ਜਾ ਕੇ ਚੈੱਕਆਊਟ ਕਰ ਸਕਦੇ ਹੋ, ਜਿਵੇਂ ਕਿ ਆਪਣੇ ਇੰਡੀਆ ਦੀ ਵੈਬਸਾਈਟਾਂ ਹੁੰਦੀਆਂ ਜਿੱਥੇ ਆਪਾਂ ਜਾ ਕੇ ਚੈੱਕ ਕਰਦੇ ਹਾਂ। ਸੇਮ ਟੂ ਸੇਮ ਹਰੇਕ ਮੁਲਕ ਦੀਆਂ ਆਪਦੀਆਂ ਇਮੀਗ੍ਰੇਸ਼ਨ ਦੀਆਂ ਵੈਬਸਾਈਟਸ ਬਣੀਆਂ ਹੈ, ਅਤੇ ਉਸ ਦੇ ਉੱਤੇ ਉਹਨਾਂ ਨੇ ਸਪੈਸ਼ਲ ਇਸ ਚੀਜ਼ ਨੂੰ ਮੈਨਸ਼ਨ ਕੀਤਾ ਹੈ, ਖਾਸ ਕਰਕੇ ਮੌਂਟਰੀਅਲ ਵਾਲਿਆਂ ਨੂੰ, ਜਿਹੜੇ ਵੀ ਮੌਂਟਰੀਅਲ ਦੇ ਵਿੱਚ ਰਹਿੰਦੇ ਆ ਜਾਂ ਫਿਰ ਆਊਟਸਾਈਡ ਜਾਣਾ ਚਾਹੁੰਦੇ ਆ ਉਹਨਾਂ ਲਈ ਵੀ ਵੱਡੇ ਚੇਂਜਸ ਦਾ ਐਲਾਨ ਕੀਤਾ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੇ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੇ ਪਹਿਲੀ ਵਾਰ ਆਏ ਹੋ। ਧੰਨਵਾਦ।